ਦੇਖਿਆ ਤਾਂ ਮੈਨੂੰ ਪੰਜਾਬ ਦੀ ਸਵਾਦ ਚ ਉਹਦੀ ਕਦਰ ਨਹੀਂ ਪੈਂਦੀ ਹੈ। ਮੈਨੂੰ ਇੱਕ ਸ਼ੇਰ ਉਹਦਾ ਫੈਜ਼ ਦਾ ਯਾਦ ਆ ਗਿਆ। ਫੈਜ਼ ਜਦੋਂ ਬੰਗਲਾਦੇਸ਼ ਬਣ ਗਿਆ ਸੀ, ਸਬਮਿਟ ਹੋ ਗਿਆ ਸੀ, ਪਾਕਿਸਤਾਨ ਨੂੰ ਵੱਖ ਹੋ ਗਿਆ ਸੀ, ਤਾਂ ਉੱਥੇ ਗਿਆ, ਉੱਥੇ ਉਹਨੇ ਇਹ ਸ਼ੇਰ ਕਿਹਾ ਸੀ, ਹਮ ਕੇ ਠਹਿਰੇ ਅਜਨਬੀ, ਇਤਨੀ ਮਦਾਰਤੋਂ ਕੇ ਬਾਅਦ, ਇੰਨਾ ਕੁਝ ਕਰਨ ਦੇ ਬਾਅਦ ਵੀ ਅਸੀਂ ਤੁਹਾਡੇ ਲਈ ਅਜਨਬੀ ਹੈ। ਫਿਰ ਬਣੇਗੇ ਆਸ਼ਨਾ, ਜਾਣੇ ਕਿਤਨੀ ਮੁਲਾਕਾਤੋਂ ਕੇ ਬਾਅਦ। ਅਸੀਂ ਜੀ ਇਹ ਰਿਕਗਨਾਈਜ਼ ਕੀਤਾ ਹੈਗਾ ਕਿ ਜਿਹੜਾ ਤੁਸੀਂ ਮੈਂ ਲਿਖਿਆ ਹੈ, ਲੇਕਿਨ ਸਾਹਿਤਕਾਰ ਇਹਨੂੰ ਐਕਚੁਲੀ ਸਾਹਿਤ ਹੀ ਨਹੀਂ ਸਮਝਦੇ। ਵੈਸੇ ਇੱਕ ਗੱਲ ਜੇ ਮੈਂ ਕਹਾਂ, ਇਹ ਲਿਟਰੇਚਰ ਦੇ ਉੱਤੇ ਕੋਈ ਟਿੱਪਣੀ ਨਹੀਂ ਲਿਖਦੀ। ਜੇ ਫਰਜ਼ ਕਰੋ ਸ਼ੇਕਸਪੀਅਰ ਨੇ ਇੱਕ ਲਾਈਨ ਨਾ ਲਿਖੀ ਹੁੰਦੀ, ਗਾਲਿਬ ਨੇ ਇੱਕ ਲਾਈਨ ਨਾ ਲਿਖੀ ਹੁੰਦੀ, ਗੋਇਟੇ ਨੇ ਇੱਕ ਲਾਈਨ ਨਾ ਲਿਖੀ ਹੁੰਦੀ, ਇਹ ਦੁਨੀਆ ਵਿੱਚ ਕੱਜਣੀ ਸੀ ਜਿਵੇਂ ਚੱਲ ਰਹੀ ਹੈ। ਪਰ ਜੇਕਰ ਨਿਊਟਨ ਨੇ ਉਹ ਕੁਝ ਨਾ ਕੀਤਾ ਹੁੰਦਾ ਜੋ ਕੁਦਰਤ ਨੇ ਕੀਤਾ ਹੈ, ਗੈਲੀਲੀਓ ਨੇ ਸਾਨੂੰ ਨਾ ਦੱਸਿਆ ਹੁੰਦਾ ਕਿ ਧਰਤੀ ਸੂਰਜ ਦੌਰੇ ਘੁੰਮ ਰਹੀ ਹੈ, ਡਾਰਵਿਨ ਨੇ ਨਾ ਦੱਸਿਆ ਹੁੰਦਾ ਪਹਿਲੀ ਵਾਰ ਕਿ ਜੀਵਨ ਦਾ ਜੀਵਨ ਹੈ ਕੀ ਹੈ, ਲਾਈਫ ਹੈ ਕੀ, ਤਾਂ ਇਹ ਦੁਨੀਆ ਇਮੀਡੀਏਟਲੀ ਸਟਿਲ ਜਿਵੇਂ ਚੱਲ ਰਹੀ ਹੈ। ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ। ਆਈਨਸਟਾਈਨ ਨੂੰ ਵੀ ਇਹ ਗੱਲ ਕਹਿਣੀ ਪਈ ਸੀ ਕਿ ਦੁਨੀਆ 'ਚ ਸਭ ਕੁਝ ਬਦਲ ਰਿਹਾ ਹੈ, ਜੇ ਨਹੀਂ ਬਦਲ ਰਹੀ ਤਾਂ ਸਾਡੀ ਸੋਚ ਸੋਚ ਵਾਕਈ ਅਸੀਂ ਉੱਥੇ ਦੇ ਉੱਤੇ ਖੜੇ ਹਾਂ ਜਿੱਥੇ ਅੱਜ ਤੋਂ 500 ਸਾਲ ਪਹਿਲਾਂ ਸੀ। ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਸ਼ੇਕਸਪੀਅਰ ਨਾ ਲਿਖਦਾ ਤਾਂ ਹੈਮਲਟ ਲਿਖਿਆ ਨਹੀਂ ਸੀ ਗਾਣਾ, ਜੇਕਰ ਗਾਲਿਬ ਨਾ ਲਿਖਦਾ ਤਾਂ ਉਹਦਾ ਦੀਵਾਨ ਇੰਨਾ ਪਾਪੂਲਰ ਨਹੀਂ ਸੀ ਹੋਣਾ, ਗੋਇਟੇ ਨਾ ਲਿਖਦਾ ਤਾਂ ਫੌਸਟ ਨਹੀਂ ਸੀ ਲਿਖਿਆ ਜਾਣਾ। ਇਹ ਗੱਲ ਬਿਲਕੁਲ ਸਹੀ ਹੈ, ਪਰ ਆਖਿਰ ਜਿਹੜੀ ਓਵਰਆਲ ਚੇਂਜ ਹੈ ਉਹ ਸਾਇੰਸ ਕਰਕੇ ਹੈ, ਜਿਹੜੀ ਸਾਡੀ ਸਾਰੀ ਚੇਂਜ ਆਈ ਹੈ ਉਹ ਸਾਇੰਸ ਕਰਕੇ ਆਈ। ਅਤੇ ਤੁਸੀਂ ਅਸੀਂ ਪੰਜਾਬੀ ਜ਼ਬਾਨ ਦੇ ਵਿੱਚ ਲਿਖੇ ਕਿਉਂ, ਉਹਨੂੰ ਤਾਂ ਸਾਹਿਤਕਾਰ ਨਹੀਂ ਸਮਝਦੇ, ਯਾਨੀ ਜਿਹਨੇ ਵੀ ਵਿਗਿਆਨ ਬਾਰੇ ਮਾੜਾ ਮੋਟਾ ਜਿਹੜਾ ਵੀ ਕੁਛ ਲਿਖਿਆ ਹੈਗਾ, ਹਾਲਾਂਕਿ ਬਹੁਤ ਘੱਟ ਲਿਖਿਆ, ਸਿੱਧੀ ਜੀ ਗੱਲ ਹੈ, ਬਹੁਤ ਘੱਟ ਲਿਖੇ ਗਏ ਇਹਦੇ ਵਿੱਚ। ਫਿਰ ਤੁਸੀਂ ਦੇਖੋ ਕਿ ਸਾਇੰਸ ਦੀ ਜਿਹੜੀ ਹਿਸਟਰੀ ਹੈ, ਜੇਕਰ ਅਸੀਂ ਉਹਨੂੰ ਲਿਖੀ, ਸੋਕ੍ਰੇਟਿਸ ਨੂੰ ਜ਼ਹਿਰ ਪੀਣੀ ਪਈ ਸੀ ਇਸ ਲਈ ਕਿ ਉਹਨੇ ਤਰਕ ਦਾ ਸਹਾਰਾ ਲਿਆ ਸੀ, ਟ੍ਰੈਡੀਸ਼ਨਲ ਥਿੰਕਿੰਗ ਦੇ ਖਿਲਾਫ ਗੱਲ ਦਿੱਤੀ ਸੀ। ਫਿਰ ਗਲੀਲੀਓ ਨੂੰ ਮਾਫ਼ੀ ਮੰਗਣੀ ਪਈ